फगवाड़ा उधर हैगा मोगा डगरू ते संगरूर दे विच बरबड़ कला जी ए थावां हैगियां वा जिथे एक बजे जाम पक्का लग जूगा जी। एक बजे तक रस्ते खुले मिलने सारिया नूं और उहदे पिछे भी जड़ियां एमरजेंसी सेवावां ने आपां जी ਐਰਕੀ ਉਹਨਾਂ ਦੀ ਸਪੈਸ਼ਲ ਲਾਈਨ ਰੱਖਾਂਗੇ ਜੀ ਜੇ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਏ ਤੇ ਕੱਲ 1 ਵਜੇ ਤੋਂ ਫਿਰ ਇਹ ਕਦੋਂ ਤੱਕ ਤੁਹਾਡਾ ਜਿਹੜਾ ਚੱਕਾ ਜਾਮ ਕਰਨ ਦੀ ਪਲੈਨਿੰਗ ਹੈਗੀ ਆ ਚਾਰ ਥਾਵਾਂ ਤੇ ਪਨੀਰ ਸਾਹਿਬ ਇਹ ਅਨਲਿਮਿਟਿਡ ਆ ਇਹ ਤਾਂ ਹੁਣ ਸਰਕਾਰ ਤੇ ਆ ਅਸੀਂ ਉਹਨਾਂ ਨੂੰ ਗੱਲ ਵੀ ਕੀਤੀ ਹੈ ਕਿ ਤੁਸੀਂ ਯਤਨ ਕਰੋ ਮਸਲੇ ਦਾ ਨਿਬੇੜਾ ਹੋ ਜੇ ਔਰ ਕੇਂਦਰ ਤੇ ਵੀ ਆ ਕਿਉਂਕਿ ਜਿਹੜੀ ਸ਼ੈਲਰ ਮਾਲਕਾਂ ਨਾਲ ਪ੍ਰਦੀਪ ਸੈਣੀ ਨਾਲ ਜਿਹੜੀ ਮੀਟਿੰਗ 'ਚ ਗੱਲ ਹੋਈ ਜਿਹੜੀ ਅਸੀਂ ਕੱਲ੍ਹ ਸਾਨੂੰ ਮਿਲੇ ਸੀ ਉਹ ਸੈਲਰ ਮਾਲਕ ਵੀ ਜਿਹੜੇ ਆਲ ਇੰਡੀਆ ਦੇ ਵੀ ਆਗੂ ਹੈਗੇ ਆ ਸੈਲਰ ਮਾਲਕਾਂ ਦੇ ਉਹ ਕੇਂਦਰ ਨੇ ਕਹਿ ਦਿੱਤਾ ਜੋਸ਼ੀ ਜੀ ਦੇ ਮੀਟਿੰਗ ਕਰਕੇ ਇੱਥੇ ਛੱਡਤਾ ਵਾ ਉਹ ਕਹਿੰਦੇ ਵੀ ਟੀਮ ਭੇਜਾਂਗੇ ਮੈਨੂੰ ਲੱਗਦਾ ਕੱਲ੍ਹ ਦੀ ਟੀਮ ਆਈ ਹੋਣੀ ਚਾਹੀਦੀ ਅੱਜ ਚੌਲਾਂ ਦੇ ਸੈਂਪਲ ਹੋ ਜਾਣੇ ਸੀ ਚੌਲ ਛੱਡ ਕੇ ਵੀ ਕਿੰਨੇ ਆ 60 ਕਿਲੋ ਨਿਕਲ ਰਹੇ ਆ 62 ਕਿਲੋ ਨਿਕਲ ਰਹੇ 64 ਨਿਕਲ ਰਹੇ ਆ ਤੇ ਜਿੰਨਾ ਸੈਲਰ ਮਾਲਕਾਂ ਦਾ ਘਟਦਾ ਪਹਿਲੀ ਵਾਰ ਨੀ 2001 ਚ ਵੀ ਕੇਂਦਰ ਨੇ ਭਰਪਾਈ ਕੀਤੀ 2004-05 ਚ ਵੀ ਕੀਤੀ ਸੀ ਤੇ ਹੁਣ ਵੀ ਕਰ ਦੇਣ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਅੱਜ ਆਇਆ ਪਨੀਰ ਸਾਹਿਬ ਜਿਹੜਾ ਇਹ ਤਰੀਕਾ ਹੈ ਚਾਹੇ ਅੱਜ SKM ਦਾ ਹੈ ਚਾਹੇ ਕੱਲ ਨੂੰ ਸਰਵਣ ਸਿੰਘ ਪਨੀਰ ਤੁਹਾਡੀ ਜਿਹੜੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਦਾ ਹੈ ਜਾਂ ਦੋਵੇਂ ਫੋਰਮਾਂ ਦਾ ਹੈ ਤਾਂ ਇਸ ਦੇ ਨਾਲ ਕੀ ਲੱਗਦਾ ਕਿਉਂਕਿ ਪਰੇਸ਼ਾਨੀ ਆਮ ਲੋਕਾਂ ਨੂੰ ਵੀ ਹੁੰਦੀ ਹੈ ਇਸ ਦੇ ਨਾਲ ਹਾਂ ਇਹ 'ਚ ਦੇਖੋ ਦੋ ਗੱਲਾਂ ਨੇ ਜੀ ਜਦੋਂ ਵੀ ਕਿਤੇ ਕੋਈ ਟ੍ਰੈਫਿਕ ਕਿਸੇ ਕਿਸਮ ਦੀ ਰੇਲ ਆਵਾਜਾਈ ਹੋਵੇ ਚਾਹੇ ਸੜਕੀ ਆਵਾਜਾਈ ਹੋਵੇ ਇਹ 'ਚ ਕੋਈ ਦੋ ਰਾਇ ਨੀ ਭਾਵੇਂ ਅਸੀਂ ਲੰਘਦੇ ਹੋਈਏ ਹੈਗੇ ਤਾਂ ਸਾਡੇ ਨਾਲ ਜੁੜੇ ਹੋਏ ਲੋਕ ਹੈ ਪਰੇਸ਼ਾਨੀ ਤਾਂ ਹੁੰਦੀ ਆ ਇਹ 'ਚ ਕੋਈ ਰੌਲਾ ਨੀ ਗਾ ਇਸੇ ਕਹੀਏ ਦੇਖੋ ਢੰਗ ਵੀ ਅੱਡ ਅੱਡ ਕੱਢ ਲਏ ਟੋਲ ਪਲਾਜੇ ਵੀ ਫ੍ਰੀ ਕੀਤੇ ਹੋਏ ਕਿਸਾਨਾਂ ਨੇ ਤੁਹਾਡੇ ਸਾਹਮਣੇ ਔਰ ਇਦੋਂ ਗਾ ਮੰਤਰੀਆਂ ਦੇ 12 ਮੂਰੇ ਵੀ ਬੈਠੇ ਹੋਏ ਆ ਪਰ ਉੱਥੇ ਸਰਕਾਰ ਨੂੰ ਜਿਵੇਂ ਸਾਹ ਲੱਗਦਾ ਕੇਂਦਰ ਦੇਖੋ ਜੇ ਟੀਮ ਘੱਲਣੀ ਹੁੰਦੀ ਤਾਂ ਅੱਜ 2 ਦਿਨ ਹੋ ਗਏ ਟੀਮ ਦਾ ਪਤਾ ਲੱਗ ਜਾਣਾ ਸੀ ਮੀਡੀਆ ਥਰੂ ਆ ਗਈ ਆ ਪੰਜਾਬ 'ਚੋਂ ਟੀਮ ਨੀ ਭੇਜ ਰਹੇ ਟ੍ਰਾਇਲ ਵਾਸਤੇ ਇਹਦਾ ਮਤਲਬ ਲੇਟੈਸਟ ਮਸਲਾ ਹੱਲ ਨੀ ਹੋਣਾ ਦੂਜਾ ਹੈਗਾ ਬਹੁਤ ਠੀਕ ਹੈ ਕੋਈ ਵੀ ਸਮੱਸਿਆ ਆਊਗੀ ਕਿ ਐਮਰਜੈਂਸੀ ਸੇਵਾਵਾਂ ਬਹਾਲ ਰੱਖਾਂਗੇ ਦਿੱਕਤ ਫਿਰ ਵੀ ਆਉਣੀ ਆ ਪਰ ਜੇ ਅਸੀਂ ਨਾ ਲੜੇ ਤੇ ਪੰਜਾਬ ਦਾ ਅਰਥਚਾਰਾ ਸਾਰਾ ਹੀ ਤਬਾਹ ਹੋ ਜਾਣਾ ਵਾ ਜੇ ਐਂ ਐਂ ਡੈਡ ਲੋਕ ਗਿਆ ਸੈਲਰ ਮਾਲਕਾਂ ਨੇ ਬਾਹਾਂ ਖੜੀਆਂ ਕਰਤੀਆਂ ਵੀ ਅਸੀਂ ਤਾਂ ਲੈਂਦੇ ਨੀ ਜੀ ਇਹਦਾ ਫਿਰ ਹੱਲ ਕੋਈ ਨੀ ਹੈਗਾ 60% ਝੋਨਾ ਲੁੱਟ ਕੇ ਲੈ ਰੋਜ਼ ਦੇ ਰੋਜ਼ ਝੋਨਾ ਕਿਸਾਨ ਸੁੱਟ ਆਉਂਦਾ 200-400 ਸਸਤਾ ਕਰਕੇ ਤੇ ਚੱਲ ਮੈਂ ਕਿੰਨੇ ਚਿਰ ਬਹਿ ਜਾ ਤੇ ਸਾਰਾ ਲੁੱਟਿਆ ਜਾਊਗਾ ਗੱਲ ਤਾਂ ਇੰਨੀ ਕਿਆ ਤੇ ਤੁਹਾਡੀ ਜਾਣਕਾਰੀ ਮੁਤਾਬਕ ਕਿੰਨੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਚੋਂ ਵਰਤੋਂ ਹੋ ਚੁੱਕੀ ਹੈ ਇਸ ਵੇਲੇ ਜਿੰਨੇ ਲੋਕਾਂ ਦੇ ਜਿਹੜੇ ਕਿਸਾਨਾਂ ਕੋਲੇ ਅਦਾਇਗੀ ਹੋ ਚੁੱਕੀ ਹੈ ਕਿੰਨੇ ਪਰਸੈਂਟ ਤੇ ਦੇਖੋ ਜਿੱਥੋਂ ਤੱਕ ਇਹਨਾਂ ਦਾ ਸਰਕਾਰ ਆਪਣੇ ਥਾਂ ਦਾਅਵੇ ਕਰ ਰਹੀ ਹੈ ਦੋ ਗੱਲਾਂ ਨੇ ਜੇ ਜਿੱਥੋਂ ਤੱਕ ਸਾਡੇ ਨਾਲ ਤਾਂ DC ਤੇ DIG ਤੇ SSP ਮੌਜੂਦ ਸੀ ਗੁਰਦਾਸਪੁਰ 'ਚ ਪਰਸੋਂ ਪ੍ਰਧਾਨ ਜੀ ਉਹਦੇ ਵਿੱਚ ਸਿੱਧਾ ਜਦੋਂ ਜਾ ਕੇ ਆੜਤੀਆਂ ਕੋਈ ਪੁੱਛਦੇ ਆ ਵੀ ਦੱਸੋ ਤੁਹਾਡੇ ਕੋਲ ਰਿਕਾਰਡ ਕੀ ਹੈ ਕਿੱਥੇ ਫਸਲ ਵਿਕੀ ਆ ਕੋਈ ਰਿਕਾਰਡ ਕੱਢੋ ਰਿਕਾਰਡ ਨਹੀਂ ਹੈਗਾ ਸਾਰੇ ਨਹੀਂ ਜ਼ਿਆਦਾਤਰ ਕੋ ਠੀਕ ਹੈ ਇਹ ਤਾਂ ਮਤਲਬ ਉਹ 5-6 ਕਿਲੋ ਘਟਾ ਕੇ ਜਾਂ 200-300 ਰੁਪਈਆ ਸਸਤੀ ਲੈ ਲਈ ਉਹੀ ਫਸਲ ਫੇਰ ਖਾਤੇ 'ਚ ਸਰਕਾਰ ਨੂੰ ਪੈਣੀ ਆ ਤੇ ਇਸ ਹਿਸਾਬ ਨਾਲ ਕ੍ਰੈਡਿਟ ਲਿਮਿਟ ਜਾ ਰਹੀ ਆ ਵਰਤ ਹੋ ਰਹੀ ਆ ਠੀਕ ਆ ਅਸਲ ਵਿੱਚ ਦਾਅਵੇ ਜੋ ਮਰਜ਼ੀ ਸਾਡਾ ਤੇ ਹੋ ਗਿਆ ਵੀ ਲੁੱਟੇ ਤਾਂ ਅਸੀਂ ਗਏ ਸਵਾਲ ਹੈ ਵੀ ਤੁਸੀਂ ਤੁਹਾਨੂੰ ਨਹੀਂ ਤੁਹਾਨੂੰ ਲੱਗਦਾ ਵੀ ਧਰਨੇ ਪ੍ਰਦਰਸ਼ਨ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਸਾਡਾ ਹਾਂ ਦੇਖੋ ਇੱਥੇ ਕ੍ਰੈਡਿਟ ਲਿਮਿਟ ਦੀ ਵਰਤੋਂ ਦਾ ਵੀ ਸਵਾਲ ਨਹੀਂ ਅਸੀਂ ਇਹ ਤਾਂ ਨਹੀਂ ਕਹਿ ਰਹੇ ਪੇਮੈਂਟ ਨਹੀਂ ਹੋ ਰਹੀ ਅਸਲ ਵਿੱਚ ਦੂਜੇ ਮਿੰਟ ਵਿੱਚ ਸਵਾਲ ਹੈਗਾ ਸੈਲਰ ਦਾ ਤੇ ਕੇਂਦਰ ਦਾ ਤੇ ਪੰਜਾਬ ਸਰਕਾਰ ਦਾ ਰੌਲਾ ਵਾ ਅਸਲ ਜਿੰਨਾ ਚਿਰ ਉਹ ਨਹੀਂ ਹੱਲ ਹੁੰਦਾ ਉਦਾਂ ਹੀ ਮਸਲਾ ਬਣਨਾ ਅਸੀਂ ਤਾਂ ਇਹ ਨਹੀਂ ਕਹਿੰਦੇ ਵੀ ਪੈਸੇ ਨਹੀਂ ਕਿਸਾਨਾਂ ਨੂੰ ਮਿਲ ਰਹੇ ਸਵਾਲ ਹੈ ਵੀ ਲਿਫਟਿੰਗ ਕਿਉਂ ਨਹੀਂ ਹੋ ਰਹੀ ਲਿਫਟਿੰਗ ਇਸ ਕਰਕੇ ਨਹੀਂ ਹੋ ਰਹੀ ਵੀ ਸੈਲਰ ਮਾਰਕ ਲਾਉਣਾ ਨਹੀਂ ਚਾਹੁੰਦੇ ਉਹ ਕਹਿੰਦੇ ਵੀ ਅਸੀਂ ਅਸੀਂ ਡਬਲ ਕਸਟਡੀ ਨਹੀਂ ਲੈਣੀ ਆ ਯਾਰ ਰੌਲਾ